ਮੇਰੀ ਤਰਫੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਗੁੱਡ ਈਵਨਿੰਗ। ਅੱਜ ਦੀ ਮੈਂ ਵੀਡੀਓ ਉਹਨਾਂ ਲੋਕਾਂ ਵਾਸਤੇ ਬਣਾਈ ਹੈ ਜੋ ਅਕਸਰ ਡੌਂਕੀ ਦੇ ਉੱਤੇ ਅਮੈਰੀਕਾ ਜਾਂ ਕੈਨੇਡਾ ਆਉਣ ਦੇ ਚਾਹਵਾਨ ਨੇ। ਮੇਰੇ ਖਿਆਲ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਉਹਨਾਂ ਦੇ ਉੱਤੇ ਕੀ ਔਕੜਾਂ ਆ ਸਕਦੀਆਂ ਨੇ, ਅਤੇ ਮੈਂ ਇਸ ਵੀਡੀਓ 'ਚ ਤੁਹਾਨੂੰ ਉਹ ਔਕੜਾਂ ਬਾਰੇ ਗਿਆਨ ਦੇਊਂਗਾ। ਸਭ ਤੋਂ ਪਹਿਲਾਂ ਕਿ ਇਹ ਕੰਮ ਬਹੁਤ ਮਹਿੰਗਾ, ਤੁਹਾਨੂੰ ਕਿਸੇ ਵੀ ਏਜੰਟ ਨੂੰ 25 ਤੋਂ 40 ਲੱਖ ਭਾਰਤੀ ਕਰੰਸੀ ਪੈਸੇ ਪੈ ਸਕਦੇ ਨੇ। ਦੇਖੋ, ਜਿਹੜੇ ਬੰਦੇ ਨਾਲ ਤੁਸੀਂ ਇੰਡੀਆ 'ਚ ਗੱਲ ਕਰੋਗੇ ਉਹਨੇ ਤਾਂ ਤੁਹਾਨੂੰ ਅਮੈਰੀਕਾ ਪਹੁੰਚਦਾ ਕਰਨਾ ਨਹੀਂ, ਉਹਨੇ ਰਸਤੇ ਵਿਚਕਾਰ ਹਰ ਦੇਸ਼ 'ਚ ਵੱਖਰਾ ਵੱਖਰਾ ਏਜੰਟ ਹਾਇਰ ਕੀਤਾ ਹੁੰਦਾ, ਅਤੇ ਹਰ ਦੇਸ਼ ਦਾ ਏਜੰਟ ਵੱਖਰਾ ਹੋਊਗਾ, ਉਹਨੂੰ ਤੁਹਾਡੇ ਨਾਲ ਕੋਈ ਤਰਸ ਨਹੀਂ ਆਉਂਦਾ। ਅਗਲੇ ਦਾ ਮਤਲਬ ਕਿ ਆਪਦਾ ਕੰਮ ਕਰਕੇ ਦੇਣਾ ਹੁੰਦਾ, ਅਤੇ ਇਸ ਕਰਕੇ ਇੱਥੇ ਤੁਹਾਡਾ ਖਰਚ ਬਹੁਤ ਜ਼ਿਆਦਾ ਆ ਸਕਦਾ ਇਹਦੇ। ਤੁਹਾਨੂੰ ਜਦਕਿ ਇਹਨਾਂ ਦੇਸ਼ਾਂ ਜਾਣ ਵਾਸਤੇ ਕੋਈ ਜ਼ਮੀਨ ਵੇਚਣ ਦੀ ਲੋੜ ਨਹੀਂ ਹੈ, ਕੋਈ ਗਲਤ ਕੰਮ ਕਰਨ ਦੀ ਲੋੜ ਨਹੀਂ ਹੈ। ਦੂਜਾ ਕੀ ਹੈ ਕਿ ਰਸਤੇ ਜੇ ਤੁਸੀਂ ਬਿਮਾਰ ਹੋ ਜਾਓ, ਜਿੰਨੇ ਵੀ ਵੈਸਟਰਨ ਕੰਟਰੀਜ਼ ਨੇ, ਇੱਥੇ ਜਦ ਵੀ ਅਸੀਂ ਡਾਕਟਰ ਕੋਲ ਜਾਂਦੇ ਹਾਂ ਤਾਂ ਸਾਨੂੰ ਆਪਦਾ ਪਹਿਚਾਣ ਪੱਤਰ ਇਸ ਦੇਸ਼ ਦਾ ਦਿਖਾਉਣਾ ਪੈਂਦਾ, ਅਤੇ ਉਹਨੂੰ ਸਰਕਾਰ ਪੈਸੇ ਦਿੰਦੀ ਹੈ। ਅਤੇ ਕੋਈ ਵੀ ਡਾਕਟਰ ਜਾਲੀ ਬੰਦੇ ਨੂੰ ਦਵਾਈ ਦੇ ਕੇ ਰਾਜ਼ੀ ਨਹੀਂ ਹੁੰਦਾ, ਕਿਉਂਕਿ ਜੇ ਉਹ ਬੰਦੇ ਨੂੰ ਕੁਛ ਸਮੱਸਿਆ ਹੋ ਗਈ ਤਾਂ ਉਹਦੇ ਡਾਕਟਰ ਦੇ ਉੱਤੇ ਕੇਸ ਪੈ ਜਾਂਦਾ। ਅਤੇ ਪਲੱਸ ਕੀ ਹੈ, ਡਾਕਟਰ ਨੂੰ ਫੋਨ ਕਰਨ ਦੀ ਵੀ ਲੋੜ ਨਹੀਂ ਹੁੰਦੀ, ਉਹਦੇ ਕੋਲ ਇੱਕ ਪੁਸ਼ ਬਟਨ ਹੁੰਦਾ, ਉਹ ਪੁਲਿਸ ਨੂੰ ਆਟੋਮੈਟਿਕਲੀ ਮੈਸੇਜ ਕਨਵੇ ਹੋ ਜਾਂਦਾ ਕਿ ਮੇਰੀ ਜਿਹੜਾ ਡਿਸਪੈਂਸਰੀ ਹੈ ਜਾਂ ਜਿੱਥੇ ਦਵਾਈ ਦੀ ਦੁਕਾਨ ਹੈ ਉੱਥੇ ਕੋਈ ਜਾਲੀ ਬੰਦਾ ਆਇਆ ਹੋਇਆ। ਸੋ ਤੁਹਾਨੂੰ ਇਹ ਵੀ ਨਹੀਂ ਪਤਾ ਲੱਗੇਗਾ ਕਿ ਪੁਲਿਸ ਨੇ ਕਦ ਤੜਤੇ ਰੇਡ ਕਰ ਦੇਣਾ। ਜੰਗਲ ਪਾਰ ਕਰਦੇ ਹੋਏ ਤੁਹਾਨੂੰ ਬਹੁਤ ਸਾਰੇ ਜੰਗਲੀ ਜਾਨਵਰ ਮਿਲਦੇ ਨੇ, ਜੇ ਕੋਈ ਸ਼ੇਰ ਚੀਤਾ ਮਿਲ ਗਿਆ ਤਾਂ ਤੁਹਾਡੇ ਰਸਤੇ ਵਿਚਕਾਰ ਉਹਨੇ ਤੁਹਾਨੂੰ ਮਾਰਤਾ ਤਾਂ ਤੁਹਾਨੂੰ ਜੰਗਲ ਦੇ ਵਿੱਚ ਹੀ ਸਿੱਟ ਦਿੱਤਾ ਜਾਂਦਾ, ਤੁਹਾਨੂੰ ਕੋਈ ਵੀ ਚੱਕ ਕੇ ਲਿਜਾਣ ਵਾਲਾ ਨਹੀਂ ਹੈ। ਤੁਹਾਨੂੰ ਰਸਤੇ ਵਿਚਕਾਰ ਡਾਕੂ ਲੁੱਟ ਸਕਦੇ ਨੇ, ਤੁਹਾਡੀ ਲੁੱਟ ਖਸੁੱਟ ਹੋ ਸਕਦੀ ਹੈ, ਕਿਉਂਕਿ ਦੇਖੋ ਵੀ ਆਫਕੋਰਸ ਕੈਨੇਡਾ ਦੇ ਵਿਚਕਾਰ ਤਾਂ ਡਿਸਪਲਿਨ ਹੈ, ਲਾ ਬਹੁਤ ਸਟ੍ਰਿਕਟ ਨੇ, ਪਰ ਅਮੈਰੀਕਾ ਦੇ ਵਿਚਕਾਰ ਕਾਫੀ ਅਨੁਸ਼ਾਸਨਹੀਨਤਾ ਹੈ, ਅਤੇ ਉੱਥੇ ਤੁਸੀਂ ਅਕਸਰ ਇਹਨਾਂ ਜੰਗਲਾਂ ਦੇ ਵਿਚਕਾਰ ਡਾਕੂਆਂ ਦੇ ਸ਼ਿਕਾਰ ਹੋ ਜਾਂਦੇ ਜੀ। ਤੁਹਾਡੇ ਰਸਤੇ ਵਿੱਚ ਰੇਪ ਹੋ ਸਕਦਾ ਹੈ ਜੇ ਕਈ, ਦੇਖੋ ਮੋਸਟਲੀ ਆਪਾਂ ਉਮਰ ਘੱਟ ਹੁੰਦੀ ਹੈ ਭਾਰਤ ਦੇ ਵਿਚਕਾਰ, ਅਤੇ ਆਪਾਂ ਸੋਚਦੇ ਹਾਂ ਕਿ ਬਈ ਅਸੀਂ ਪੈਦਲ 100-200 ਕਿਲੋਮੀਟਰ ਜੰਗਲ ਰਾਹੀਂ ਕ੍ਰੋਸ ਕਰਕੇ, ਜਿਹਦੇ ਵਿਚਕਾਰ ਤੁਸੀਂ ਨਦੀਆਂ ਵੀ ਕ੍ਰੋਸ ਕਰਨੀਆਂ ਨੇ, ਨਹਿਰਾਂ ਵੀ ਕ੍ਰੋਸ ਕਰਨੀਆਂ ਨੇ, ਸਵੀਮਿੰਗ ਤੁਹਾਨੂੰ ਆਉਂਦੀ ਨਹੀਂ ਹੈ, ਲਾਈਫ ਜੈਕਟ ਦੇ ਸਹਾਰੇ ਤੁਸੀਂ ਬਹੁਤਾ ਤੈਰ ਨਹੀਂ ਸਕਦੇ ਹੋ, ਅਤੇ ਰਸਤੇ 'ਚ ਮੀਂਹ ਵੀ ਪੈਂਦਾ, ਤੂਫਾਨ ਵੀ ਆਉਂਦਾ, ਹਨੇਰੀਆਂ ਵੀ ਆਉਂਦੀਆਂ ਨੇ। ਸੋ ਇਹਨਾਂ ਗੱਲਾਂ ਦੇ ਉੱਤੇ ਸੋਚ ਵਿਚਾਰ ਕਰਨ ਦੀ ਤੁਹਾਨੂੰ ਪਹਿਲਾਂ ਲੋੜ ਹੈ। ਤੁਹਾਨੂੰ ਰਸਤੇ 'ਚ ਜੇ ਬਾਰਡਰ ਅਫਸਰ ਨੇ ਦੇਖ ਲਿਆ, ਜਿਵੇਂ ਕਿ ਭਾਰਤ ਅਤੇ ਪਾਕਿਸਤਾਨ ਦੇ ਸਰਹੱਦ ਦੇ ਉੱਤੇ BSF ਹੁੰਦੀ ਹੈ, ਇੰਝ ਹੀ ਜਿਹੜੀ ਇਹ ਵੈਸਟਰਨ ਕੰਟਰੀਜ਼ ਨੇ ਇਹਨਾਂ ਦੇ ਬਾਰਡਰ ਦੇ ਉੱਤੇ ਬਾਰਡਰ ਅਫਸਰ ਹੁੰਦੇ ਨੇ, ਅਤੇ ਜੇ ਕੋਈ ਬਿਨਾਂ ਪ੍ਰੋਪਰ ਪ੍ਰਵਾਨਗੀ ਦੇ ਕੰਧ ਟੱਪਦਾ ਹੈ ਜਾਂ ਜੰਗਲ ਕ੍ਰੋਸ ਕਰਦਾ ਹੈ ਅਤੇ ਉਹਨੂੰ ਗੋਲੀ ਮਾਰ ਦਿੰਦੇ ਨੇ, ਔਰ ਉਹਦਾ ਕੋਈ ਕੇਸ ਪੁਲਿਸ ਦੇ ਉੱਤੇ ਨਹੀਂ ਪੈਂਦਾ। ਦੇਖੋ, ਤੁਸੀਂ ਜੇ ਡੌਂਕੀ ਰਾਹੀਂ ਆਓਗੇ ਤੁਹਾਡੇ ਕੋਲ ਨਾ ਤਾਂ ਪਾਸਪੋਰਟ ਹੈ ਨਾ ਉਸ ਦੇਸ਼ ਦਾ ਪਹਿਚਾਣ ਪੱਤਰ ਹੈ, ਤੁਹਾਨੂੰ ਉੱਥੇ 2 ਨੰਬਰ ਵਿੱਚ ਰਹਿਣਾ ਪਊਗਾ, ਚੋਰੀ ਛਿਪ ਕੇ ਰਹੋਗੇ, ਜਿੱਦਣ ਫੜੇ ਜਾਓਗੇ ਇੰਡੀਆ ਡਿਪੋਰਟ ਹੋ ਜਾਓਗੇ। ਜੇ ਉਸ ਦੇਸ਼ ਵਿੱਚ ਰਹਿ ਵੀ ਗਏ ਤਾਂ ਉਹ ਨਾ ਤਾਂ ਤੁਸੀਂ ਆਪਦੀ ਵਾਈਫ ਨੂੰ ਬੁਲਾ ਸਕਦੇ ਜੀ, ਨਾ ਬੱਚਿਆਂ ਨੂੰ ਬੁਲਾ ਸਕਦੇ ਜੀ, ਨਾ ਆਪਦੇ ਮਾਂ ਬਾਪ ਨੂੰ ਬੁਲਾ ਸਕਦੇ ਜੀ। ਸੋ ਤੁਹਾਡੀ ਪਰਮਾਨੈਂਟ ਥਰੋਅ ਦਾ ਲਾਈਫ ਇੱਕ ਸੈਪਰੇਸ਼ਨ ਹੋ ਜਾਏਗੀ। ਤੁਸੀਂ ਡਾਲਰ ਤਾਂ ਕਮਾ ਲਓਗੇ, ਕੋਈ ਸ਼ੱਕ ਵਾਲੀ ਗੱਲ ਨਹੀਂ, ਵੀ ਜੇ ਸ਼ਹਿਰ ਦੇ ਬਾਹਰ ਰਹਿ ਕੇ ਕਿਸੇ ਪੈਟਰੋਲ ਪੰਪ ਦੇ ਉੱਤੇ, ਗੈਸ ਸਟੇਸ਼ਨ 'ਤੇ, ਕਿ ਫਾਰਮ ਹਾਊਸ ਦੇ ਵਿੱਚ ਕੰਮ ਕਰਦੇ ਰਹੋਗੇ ਸਾਰੀ ਉਮਰ, ਨਾ ਤਾਂ ਤੁਹਾਡਾ ਵਿਆਹ ਹੋਊਗਾ, ਨਾ ਤੁਸੀਂ ਪੈਸੇ ਭਾਰਤ ਆਪਣੇ ਪੇਰੈਂਟਸ ਕੋਲ ਭੇਜ ਸਕੋਗੇ, ਅਤੇ ਜੇ ਕਿਸੇ ਨਾਲ ਫੋਨ, ਤੁਹਾਨੂੰ ਇੱਥੇ ਫੋਨ ਵੀ ਨਹੀਂ ਮਿਲੇਗਾ। ਚਲੋ ਮੰਨਗੇ ਵਟਸਐਪ ਜਿਹੜਾ ਤੁਸੀਂ ਇੰਡੀਆ ਤੋਂ ਫੋਨ ਲਿਆਂਦਾ ਹੋਊਗਾ ਉਹ ਯੂਜ਼ ਕਰ ਲਓਗੇ, ਪਰ ਤੁਹਾਡਾ ਕਮਿਊਨੀਕੇਸ਼ਨ ਘਰਦਿਆਂ ਦੇ ਨਾਲੋਂ ਕੱਟ ਆਫ ਹੋ ਜਾਏਗਾ। ਮੇਰੀ ਇਸ ਵੀਡੀਓ ਤੋਂ ਤੁਹਾਨੂੰ ਇਹੀ ਸਲਾਹ ਦੇਣ ਦੀ ਬੇਨਤੀ ਹੈ ਕਿ ਡੌਂਕੀ ਰਾਹੀਂ ਨਾ ਆਓ, ਜੇ ਆਉਣਾ
ਤਾਂ ਬੜਾ ਵਧੀਆ ਸਿਸਟਮ ਤੁਹਾਡੇ ਕੋਲ ਹੈਗਾ। ਹਰ ਸ਼ਹਿਰ ਦੇ ਵਿਚਕਾਰ ਇੱਕ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਹੈ ਭਾਰਤ ਦੇ ਵਿੱਚ, ਉਹ ਤੁਹਾਨੂੰ ਭਾਰਤ ਸਰਕਾਰ 1 ਸਾਲ ਦਾ ਕੋਰਸ ਕਰਾਉਂਦੀ ਹੈ। ਤੁਸੀਂ ਚੰਗਾ ਕੋਰਸ ਕਰੋ ਔਰ ਪੜ੍ਹ ਕੇ ਪਾਸ ਕਰੋ ਅਤੇ ਪ੍ਰੈਕਟੀਕਲ ਟ੍ਰੇਨਿੰਗ ਲਓ। ਤੁਹਾਡੇ ਕੋਲ ਕਿਸੇ ਵੀ ਦੇਸ਼ ਜਾਣ ਲਈ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ, ਤੁਸੀਂ ਫ੍ਰੀ ਆਫ ਕੋਸਟ ਜਾ ਸਕਦੇ ਜੀ। ਅੰਗਰੇਜ਼ੀ ਆਉਣੀ ਤਾਂ ਜ਼ਰੂਰੀ ਹੁੰਦੀ ਹੈ ਕਿ ਜਦ ਤੁਸੀਂ ਇਹਨਾਂ ਦੇਸ਼ਾਂ ਵਿੱਚ ਆਉਂਦੇ ਜੀ ਤਾਂ ਤੁਸੀਂ ਗੋਰਿਆਂ ਕੋਲ ਕੰਮ ਕਰਨਾ ਹੁੰਦਾ ਹੈ, ਚਾਹੇ ਉਹ ਖੇਤੀਬਾੜੀ ਕਰਦੇ ਹੋਣ ਅਤੇ ਚਾਹੇ ਉਹ ਬਿਜ਼ਨਸ ਹੋਣ ਚਾਹੇ ਕਮਰਸ਼ੀਅਲ ਹੋਣ। ਜੇ ਤੁਹਾਨੂੰ ਇੰਗਲਿਸ਼ ਭਾਸ਼ਾ ਬੋਲਣੀ ਨਹੀਂ ਆਏਗੀ ਤਾਂ ਤੁਸੀਂ ਉਹਨਾਂ ਦੇ ਨਾਲ ਕੰਮ ਨਹੀਂ ਕਰ ਸਕੋਗੇ। ਜਦ ਵੀ ਅਸੀਂ ਭਾਰਤ ਤੋਂ ਕੋਈ ਇੱਥੇ ਆਉਂਦਾ ਹੈ, ਜੋ ਲੋਕਲ ਕਮਿਊਨਿਟੀ ਜਿਹਨੂੰ ਅਸੀਂ ਗੋਰੇ ਕਹਿੰਦੇ ਹਾਂ ਜੀ, ਉਹਨਾਂ ਕੋਲ ਕੰਮ ਕਰਦਾ ਹੈ, ਨਾ ਤਾਂ ਉਹ ਵਰਕ ਪਰਮਿਟ ਦਾ ਪੈਸਾ ਲੈਂਦੇ ਨੇ ਨਾ ਉਹ LMI ਦਾ ਪੈਸਾ ਲੈਂਦੇ ਨੇ, ਪਰ ਉੱਥੇ ਜਿਹੜਾ ਕਰਮਚਾਰੀ ਹੈ ਉਹਨੂੰ ਇੰਗਲਿਸ਼ ਵਿੱਚ ਕਮਿਊਨੀਕੇਸ਼ਨ ਕਰਨ ਦੀ ਬੜੀ ਸਖਤ ਜ਼ਰੂਰਤ ਹੁੰਦੀ ਹੈ, ਕਿਉਂਕਿ ਗੋਰਿਆਂ ਨੂੰ ਤਾਂ ਇੰਗਲਿਸ਼ ਆਉਂਦੀ ਹੈ, ਪੰਜਾਬੀ ਤਾਂ ਆਉਂਦੀ ਨਹੀਂ। ਜੇ ਤੁਹਾਨੂੰ ਪੰਜਾਬੀ ਸਪੀਕਿੰਗ ਇੰਪਲੋਇਰ ਲੱਭੂਗਾ ਉਹ ਤੁਹਾਡੇ ਕੋਲ ਮੋਟੇ ਪੈਸੇ ਲਊਗਾ, ਜਿਹੜੇ ਕਿ 1-2 ਸਾਲ ਤੁਸੀਂ ਮਿਹਨਤ ਕਰਦੇ ਰਹੋਗੇ, ਫਿਰ ਪੈਸੇ ਦੇ ਜਾਓਗੇ, ਫਿਰ ਅਗਾਂਹ ਟਾਈਮ ਵਧਾਈ ਜਾਓਗੇ, ਉਹ ਤੁਹਾਡਾ ਨੁਕਸਾਨ ਹੋਊਗਾ। ਸੋ ਮੇਰੀ ਸਭ ਨੂੰ ਬੇਨਤੀ ਹੈ ਕਿ ਭਾਰਤ ਤੋਂ ਜਿੰਨੇ ਵੀ ਆਉਣਾ ਹੈ, 1 ਨੰਬਰ 'ਚ ਆਓ, ਕੋਈ ਪੈਸਾ ਨਹੀਂ ਲੱਗਦਾ। ਦੇਖੋ ਜਿਹੜੀਆਂ ਸਰਕਾਰੀ ਫੀਸਾਂ ਨੇ ਉਹ ਤਾਂ ਤੁਹਾਨੂੰ ਦੇਣੀਆਂ ਹੀ ਪੈਣਗੀਆਂ। ਜਿਹੜਾ ਤੁਹਾਡਾ ਬੈਂਕ ਵਿੱਚ ਖਾਤਾ ਹੈਗਾ ਉਹ ਸਰਕਾਰਾਂ ਨੂੰ ਵਿਖਾਉਣਾ ਪੈਂਦਾ ਕਿ ਮੇਰੇ ਕੋਲ ਬੈਂਕ 'ਚ ਪੈਸੇ ਹੈਗੇ ਆ, ਮੈਂ ਉੱਥੇ ਜਾ ਕੇ ਭੁੱਖਾ ਨਹੀਂ ਮਰੂੰਗਾ। ਸੋ ਜੇ ਤੁਹਾਨੂੰ ਵਧੇਰੇ ਕੋਈ ਜਾਣਕਾਰੀ ਦੀ ਲੋੜ ਹੈ, ਅਸੀਂ ਫ੍ਰੀ ਆਫ ਕੋਸਟ ਤੁਹਾਨੂੰ ਕੈਨੇਡਾ ਆਉਣ ਬਾਰੇ ਜਾਣਕਾਰੀ ਦਿੰਦੇ ਹਾਂ। ਤੁਸੀਂ ਸਾਡੇ ਪਟਿਆਲੇ ਦਫ਼ਤਰ ਪੰਜਾਬ ਦੇ ਵਿੱਚ ਹੈ ਇੰਡੀਆ 'ਚ, ਉੱਥੇ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਫੋਨ 'ਤੇ ਗੱਲ ਕਰ ਸਕਦੇ ਜੀ।